ਤੇਰੇ ਬਿਨਾਂ ਨਹੀਂ ਜੀਆ ਜਾਣਾ, ਮੈਨੂੰ ਨਾਲ ਲੈ ਚੱਲੋ।
माफ करियो गुरु तेग बहादुर साहब महाराज जी माता नानकी जी तिना दे बहन गुरु तेग बहादुर जी दे माता गुजर
ਮੈਨੂੰ ਬੁਲਾਉਂਦੀ ਸੀ ਤੈਨੂੰ ਅੱਜ ਵੀ ਹੱਕ ਹੈ ਮੈਨੂੰ ਬੁਲਾ ਕੇ ਕੁਛ ਨਹੀਂ ਕਹਿਣਾ। ਇਤਿਹਾਸਕਾਰ ਕਹਿੰਦੇ ਮਾਤਾ ਨਾਨਕੀ ਜੀ ਨੇ ਅੱਖਾਂ ਭਰ ਲਈਆਂ, ਗਲਾ ਭਰ ਗਿਆ ਲਾਲ ਜੀ, ਜਦੋਂ ਮੇਰੇ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣ ਲੱਗੇ ਨਾ ਸੱਚਖੰਡ ਮੈਂ ਕਿਹਾ ਸੀ ਪਾਤਸ਼ਾਹ ਮੈਨੂੰ ਨਾਲ ਲੈ ਜਾਓ। ਮੇਰੇ ਪਾਤਸ਼ਾਹ ਨੇ ਕਿਹਾ ਸੀ ਨਾਨਕੀ ਤੈ ਤੇਰੀ ਅਜੇ ਪਰਾ ਲੱਭਦਾ ਬੜਾ ਕੋਈ ਤਾਂ ਵਿਖਣਾ। ਕਹਿੰਦੇ ਮੈਂ ਬਦਲ ਕੀਤਾ ਕੀ? ਕਹਿੰਦੇ ਮੇਰੇ ਪਾਤਸ਼ਾਹ ਜੀ ਕਹਿੰਦੇ ਸੀ ਤੂੰ ਆਪਣੇ ਪੁੱਤ ਨੂੰ ਗੁਰਦਾ ਗੱਦੀ ਤੇ ਵੇਖਣਾ, ਇਹਦੇ ਬੜੇ ਕੌਤਕ ਵੇਖਣੇ। ਲਾਲ ਜੀ ਮੈਂ ਤੁਹਾਡੇ ਬੜੇ ਕੌਤਕ ਵੇਖੇ ਹੈ, ਕਦੇ ਮੋਢਾ ਲਾ ਕੇ ਮੱਖਣ ਸ਼ਾਹ ਲਵਾਣੇ ਦਾ ਫਸਿਆ ਹੋਇਆ ਜਹਾਜ ਬਰਿੰਦੇ ਵਿੱਚੋਂ ਕੱਢਣ ਜਾਂਦੇ ਹਾਂ ਸੁਰਤ ਕਰਕੇ, ਕਦੇ ਪਾਤਸ਼ਾਹ ਤੁਸੀਂ ਕੁਛ ਕਰਦੇ ਹੋ, ਮੈਂ ਸਾਰੇ ਕੌਤਕ ਤੁਹਾਡੇ ਨਾਲ ਅੱਖਾਂ ਨਾਲ ਵੇਖੇ ਹੈ। ਅੱਛਾ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਚਨ ਹੋਰ ਕੀਤਾ ਸੀ, ਉਹਨਾਂ ਦਾ ਇੱਕ ਵਚਨ ਤੇ ਪੂਰਾ ਹੋ ਗਿਆ ਹੈ, ਮੈਨੂੰ ਇਹ ਦੱਸੋ ਵੱਡਿਆਂ ਦਾ ਦੂਜਾ ਵਚਨ ਕੱਚਾ ਰਹਿ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਮਾਂ ਵੱਡੇ ਸਤਿਗੁਰਾਂ ਦਾ ਕੱਲਾ ਕੱਲਾ ਵਚਨ ਪੂਰਾ ਹੋਣਾ। ਅੱਛਾ ਮੈਨੂੰ ਦੱਸ ਕਿਹੜਾ ਵਚਨ? ਕਹਿੰਦੇ ਦੂਸਰਾ ਵਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀਤਾ ਸੀ, ਨਾਨਕੀ ਤੂੰ ਉਹ ਪੁੱਤਰਾ ਖੜਾ ਕੇ ਆਉਣਾ ਜਿਹਦੇ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਹੋਣਾ। ਆਪਾਂ ਤੇ ਅੱਜ ਪੜ੍ਹਦੇ ਹਾਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ, ਇਹ ਵਚਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਰਤਾ ਸੀ। ਐ ਲਾਲ ਜੀ ਮੇਰੇ ਪਾਤਸ਼ਾਹ ਦਾ ਉਪਦੇਸ਼ ਤੇ
Thank you.
दर्शन किए सेवा की सारे संतान का बहुत बहुत धन्यवाद है जवाना का जिन्होंने गलिया गलिया सफाई की जो मेन गली अपनी बहुत ही खराब थी उन्होंने 5-6 घंटे ला के बच्चों ने आप नाली साफ की उन्होंने अभी बहुत बहुत धन्यवादी हैं बीबियों को बहुत धन्यवादी है जिन्होंने लगा रंग सेवा पाई उन्होंने बहुत बहुत धन्यवादी है ज्ञानी संतोष सिंह जी ने भी बहुत बहुत धन्यवादी हैं जो जिन्होंने दिन दिन लगातार गुरुद्वारा साहब विखे कड़ा प्रशाम प्रबंध की सेवा निभाई है उन्होंने बहुत बहुत धन्यवादी हैं हम सिमरत कौर डॉक्टर तरसेम सिंह जी गैरदौड़ा भेटाई है जी अपना सुरपाल अगे जी है दर्शन कौर बाइबल लेट सूबेदार सोहन सिंह जी गैरदौड़ा भेटाई है जी सरदार दलवीर सिंह जी प्रधान गुरुद्वारा हरसर साहब गैरदौड़ा भेटाई है बोले सोनिया बलबीर सिंह जी मनजिंदर सिंह जी सामना इंद्रजीत सिंह जी भट्टी 1000 रुपये भेटाई है मनजिंदर सिंह जी सामना इंद्र सिंह इंद्रजीत सिंह जी ज्ञानी संतोख सिंह जी कनेडा वाले 1100 रुपये भेटा बोले बोले सोनिहार कैप्टन करमाल सिंह जी भट्टी उन्होंने वालों सामू वो भी हर साल सामू इस दसवान का बड़ा भेज दिया।